ਇਹ ਗੁਰੂ ਤੇ ਸਿੱਖ ਦੀ ਪ੍ਰੀਤ ਆ। ਸਿੱਖ ਜਿਹੜੇ ਪੁਰਾਣਾ ਸਮਾਂ ਵੀ ਸੀ, ਜਿਸਲੇ ਅਬਦਾਲੀ ਦਾ ਵੀ ਰਾਜ ਸੀ, ਉਸ ਪਵਿੱਤਰ ਧਰਤੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਕੇ ਸਿੱਖ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਤੋਂ ਬਗੈਰ ਉਸ ਅਸਥਾਨ 'ਤੇ ਜਾ ਕੇ ਨਤਮਸਤਕ ਹੁੰਦੇ ਸੀ, ਕਿਉਂਕਿ ਸਿੱਖ ਦੀ ਗੁਰੂ ਨਾਲ ਪ੍ਰੀਤ ਆ। ਇਹ ਲੱਖ ਔਕੜਾਂ ਦੇ ਬਾਵਜੂਦ ਵੀ ਪਹੁੰਚ ਜਾਂਦਾ, ਪਰ ਆ ਜਿਹੜਾ ਅਜੋਕਾ ਯੁੱਗ ਆ, ਕਿਉਂਕਿ ਅਸੀਂ ਆਜ਼ਾਦ ਭਾਰਤ ਦੇ ਵਿੱਚ ਰਹਿ ਰਹੇ ਹਾਂ, ਜਿਹਦੇ ਵਿੱਚ ਸਿੱਖਾਂ ਨੇ ਬਹੁਤ ਵੱਡਾ ਆਪਣਾ ਯੋਗਦਾਨ ਪਾਇਆ। ਚਾਹੇ ਗਦਰੀ ਬਾਬਿਆਂ ਦੀ ਗੱਲ ਕਰ ਲਵਾਂ, ਚਾਹੇ ਬੱਬਰਾਂ ਦੀ ਗੱਲ ਕਰ ਲਵਾਂ, ਇਹ ਆਜ਼ਾਦੀ ਦੇ ਇਸ ਸਮੇਂ ਦੇ ਵਿੱਚ ਇਹੋ ਜਿਹੀਆਂ ਰੋਕਾਂ ਲਾਉਣੀਆਂ, ਇਹ ਮੈਂ ਸਮਝਦਾ ਵਾਜਬ ਨਹੀਂ। ਚਲੋ ਪੁਲਿਸ ਦਾ ਕੰਮ ਹੁੰਦਾ ਆਪਣਾ ਚੈਕਿੰਗ ਕਰਨੀ, ਪਰ ਜਿਸ ਵੇਲੇ ਲੋਕਾਂ ਨੂੰ ਭਾਰੀ ਉਹਨਾਂ ਦੇ ਵਿੱਚੀ ਲੰਘਣਾ ਪੈਂਦਾ ਉਹਨਾਂ ਨਾਕਿਆਂ ਦੇ ਵਿੱਚੀ, ਅਤੇ ਫਿਰ ਮਨ ਦੇ ਵਿੱਚ ਕਈ ਵਾਰੀ ਮਨੁੱਖ ਦੇ ਦਹਿਸ਼ਤ ਵੀ ਆਉਂਦੀ ਆ, ਜਾਂ ਹੋਰ ਦੋ ਚਾਰ ਆਲੇ ਦੁਆਲੇ ਵਾਲੇ ਉਹ ਵੀ ਪੁੱਛਦੇ ਪੁਛਾਉਂਦੇ ਆ। ਸੋ ਮੈਂ ਸਮਝਦਾ ਇਹ ਰੋਕਾਂ ਦੇ ਬਾਵਜੂਦ ਸਿੱਖਾਂ ਦਾ ਇਸ ਪਵਿੱਤਰ ਅਸਥਾਨ 'ਤੇ ਵੀ ਇਹ ਵਿਸਾਖੀ ਦਾ ਦਿਹਾੜਾ ਸਾਰੇ ਦੇਸ਼ ਅਤੇ ਵਿਦੇਸ਼ ਵਿੱਚ ਮਨਾਇਆ ਜਾਂਦਾ। ਜਿੰਨੀ ਸੰਗਤ ਇੱਥੇ ਦਮਦਮਾ ਸਾਹਿਬ ਆਉਂਦੀ, ਇੰਨੀ ਸੰਗਤ ਤਖਤ ਕੇਸਗੜ੍ਹ ਸਾਹਿਬ 'ਤੇ ਜਾਂਦੀ, ਇੰਨੀ ਸੰਗਤ ਸ਼੍ਰੀ ਦਰਬਾਰ ਸਾਹਿਬ ਜਾਂਦੀ ਹੈ। ਹਰ ਇੱਕ ਸਥਾਨ 'ਤੇ ਇਹ ਖਾਲਸਾ ਸਾਜਨਾ ਦਿਵਸ ਜਿਹੜਾ ਖਾਲਸਾ ਵੱਧ ਚੜ੍ਹ ਕੇ ਮਨਾਉਂਦਾ, ਪਰ ਸਰਕਾਰਾਂ ਨੂੰ ਸੰਕੋਚ ਕਰਨਾ ਚਾਹੀਦਾ। ਜੇ ਤਾਂ ਇਸ ਪਵਿੱਤਰ ਸਤਿਗੁਰੂ ਜੀ ਦੀ ਗੁਰਬਾਣੀ ਆ ਨਾ, ਜਿਸ ਪਾਪੀ ਕੋ ਮਿਲੇ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ, ਇੱਥੇ ਤਾਂ ਸਾਰੇ ਜਿਹੜੇ ਉਹ ਬਖਸ਼ੇ ਜਾਂਦੇ ਆ ਕੇ, ਅਤੇ ਗੁਰੂ ਘਰ ਦੀ ਸਾਡੀ ਇਹ ਪਰੰਪਰਾ ਰਹੀ ਆ। ਸੋ ਪਰੰਪਰਾ ਨੂੰ ਨਮਸਕਾਰ ਕਰਨ ਅੱਜ ਉਚੇਚੇ ਤੌਰ 'ਤੇ ਸੰਗਤ ਪਹੁੰਚ ਰਹੀ ਆ, ਅਤੇ ਮੈਂ ਸੰਗਤ ਨੂੰ ਵੀ ਵਧਾਈ ਦਿੰਦਾ, ਜਿੱਥੇ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦਾ, ਉੱਥੇ ਇਸ ਗੱਲ ਦੀ ਵੀ ਵਧਾਈ ਦਿੰਦਾ ਵੀ ਰੋਕਾਂ ਤੁਹਾਡੇ ਲਈ ਕੁਝ ਵੀ ਨਹੀਂ ਗੀਆਂ। ਜੇ ਕੋਵਿਡ ਦਾ ਸਮਾਂ ਸੀ ਤਾਂ ਵੀ ਤੁਸੀਂ ਤਖ਼ਤ ਕੇਸਗੜ੍ਹ ਸਾਹਿਬ 'ਤੇ ਇਸੇ ਤਰ੍ਹਾਂ ਪਹੁੰਚਦੇ ਹੋਲੇ ਮਹੱਲੇ ਲਈ, ਅਤੇ ਅੱਜ ਵਿਸਾਖੀ ਦੇ ਦਿਹਾੜੇ 'ਤੇ ਵੀ ਤੁਸੀਂ ਇਸ ਤਖ਼ਤ ਸਾਹਿਬ 'ਤੇ ਨਮਸਕਾਰ ਪਹੁੰਚੇ ਹਾਂ ਕਰਨ। ਸਾਡਾ ਸਾਰਿਆਂ ਨੂੰ ਜਿਵੇਂ ਵੀ ਆਖਦਾ ਧੰਨਵਾਦ ਵੀ ਕਰਦਾ, ਗੁਰੂ ਕਿਰਪਾ ਕਰੇ। ਹਾਂਜੀ, ਪੁਲਿਸ ਅਧਿਕਾਰੀ ਕਹਿੰਦੇ ਆ ਵੀ ਤਖ਼ਤ ਸਾਹਿਬ 'ਤੇ, ਦਮਦਮਾ ਸਾਹਿਬ ਹੋ ਗਿਆ, ਕੇਸਗੜ੍ਹ ਸਾਹਿਬ ਹੋ ਗਿਆ, ਜਾਂ ਅਕਾਲ ਤਖ਼ਤ ਸਾਹਿਬ 'ਤੇ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ, ਤਾਂ ਕਰਕੇ ਪੁਲਿਸ ਲਾਈ ਵੀ, ਪਹਿਲਾਂ ਵੀ ਐਂ ਲੱਗਦੀ ਰਹੀ ਹੈ ਕਿ ਐਤਕੀ ਕਿਉਂ ਲਾਈ ਹੈ, ਕਿ ਜਾਂ ਐਤਕੀ ਕੁਝ ਖਾਸ ਲੱਗ ਰਿਹਾ। ਦੇਖੋ, ਮੈਨੂੰ ਲੱਗਦਾ ਵੀ ਜਿਵੇਂ ਚਰਚਾ ਚੱਲੀ ਅੰਮ੍ਰਿਤਪਾਲ ਨੇ ਪਹੁੰਚਣਾ ਅਤੇ ਆਤਮ ਸਮਰਪਣ ਕਰਨਾ, ਕੋਈ ਇਸ ਤਰ੍ਹਾਂ ਦੀ ਤੁਹਾਡੇ ਕੋਲ ਗੱਲਬਾਤ ਹੋਈ ਹੈ? ਦੇਖੋ, ਪੁਲਿਸ ਆਪਣੇ ਤੌਰ 'ਤੇ ਜੋ ਮਰਜ਼ੀ ਕਹਾਣੀਆਂ ਘੜੀ ਜਾਵੇ, ਅੱਜ ਤੱਕ ਦਾ ਰਿਕਾਰਡ ਆ ਕਿ ਜਦੋਂ ਕਦੋਂ ਵੀ ਕੋਈ ਜੋੜ ਮੇਲੇ ਹੁੰਦੇ ਆ, ਸੰਗਤ ਵੱਧ ਚੜ੍ਹ ਕੇ ਆਉਂਦੀ ਆ, ਪੁਲਿਸ ਠੀਕ ਆ ਤਦ ਵੀ ਮਾੜਾ ਮੋਟਾ ਕਰਦੀ, ਪਰ ਇਵੇਂ ਨਹੀਂ ਸੀ। ਹੁਣ ਤਾਂ ਇਸ ਵਾਰ ਤਾਂ ਜੋ ਸਿਸਟਮ ਚੱਲਿਆ ਆ, ਇਹ ਮੇਰਾ ਖਿਆਲ ਪਹਿਲੀ ਵਾਰੀ ਮੈਂ ਦੇਖਿਆ ਬਲੂ ਸਟਾਰ ਤੋਂ ਬਾਅਦ, ਵੀ ਇੰਨੀਆਂ ਵੱਡੀਆਂ ਰੋਕਾਂ, ਫਿਰ ਉਹਨਾਂ ਨੂੰ ਸਾਰਿਆਂ ਨੂੰ ਚੈੱਕ ਕਰਨ, ਅਤੇ ਪਰ ਫਿਰ ਵੀ ਉਹਦੇ ਬਾਵਜੂਦ ਤਕਰੀਬਨ ਸੰਗਤ ਦੀ ਜਿਹੜੀ ਆਮਦ ਆ ਬਹੁਤ ਵੱਡੀ ਗਿਣਤੀ ਦੀ। ਅੰਮ੍ਰਿਤਪਾਲ ਨੂੰ ਕੀ ਲੱਗਦਾ, ਸਰੈਂਡਰ ਕਰ ਦਾਂ ਜਿਵੇਂ ਪਹਿਲਾਂ? ਇਹ ਆਪਣੇ ਉਹਨਾਂ ਇਹ ਹੁਣ ਇਹ ਹੁਣ ਵੇਖਦੇ ਹੋ ਜੀ, ਪੰਜਾਬ 'ਚ ਜੇਕਰ ਕੋਈ ਤਸਵੀਰ ਬਾਹਰ ਜਾਂਦੀ ਤਾਂ ਬਾਹਰਲੇ ਸੂਬਿਆਂ ਦੇ ਸਿੱਖਾਂ ਨੂੰ ਤਕਲੀਫ ਹੁੰਦੀ ਹੈ। ਦੇਖੋ ਬੇਨਤੀ ਇਹ ਆ, ਆਹ ਜਿਹੜਾ ਸਮਾਂ ਚੱਲ ਰਿਹਾ, ਤੁਸੀਂ ਇੱਥੇ ਬੈਠੇ ਹੋ, ਤੁਸੀਂ ਪੱਤਰਕਾਰ ਆ, ਤੁਸੀਂ ਇਸ ਪੰਜਾਬ ਦੇ ਕੋਨੇ ਕੋਨੇ 'ਚ ਵਿਚਰਦੇ ਆ, ਕੋਈ ਤੁਹਾਨੂੰ ਦੇਖਦਾ ਕਿਸੇ ਪਾਸੇ ਕੋਈ ਗੜਬੜਿਆ, ਕਿਸੇ ਪਾਸੇ ਕੋਈ ਹੈਗਾ ਇਹੋ ਜਿਹਾ ਮਾਹੌਲ ਜਿੱਦਾਂ ਆਪਾਂ ਸਿਰ ਜਿਹਾ ਜਾ ਰਿਹਾ? ਪਰ ਮੈਂ ਸਮਝਦਾ ਵੀ ਰਾਜਨੀਤੀ ਸੇਕਣ ਨੂੰ, ਕਿਉਂਕਿ ਮੋਹਰੇ ਪਾਰਲੀਮੈਂਟ ਦੀ ਇਲੈਕਸ਼ਨ ਆ ਰਹੀ ਆ, ਮੈਂ ਤਾਂ ਸਿੱਧੇ ਲਫ਼ਜ਼ਾਂ 'ਚ ਕਹਿਣਾ ਚਾਹੁੰਦਾ ਵੀ ਇਹ ਰਾਜਨੀਤੀ ਦਾ, ਸਾਰੇ ਪੰਜਾਬ ਦਾ ਇੱਕ ਆਕਸ਼ ਧੁੰਦਲਾ ਕਰਕੇ ਸਾਰੇ ਇੰਡੀਆ ਦੀ ਰਾਜਨੀਤੀ 'ਤੇ ਕਬਜ਼ਾ ਕਰਨੀ ਆ, ਇੱਕ ਬਿਉਂਤਬੰਦੀ ਕੀਤੀ ਗਈ ਆ। ਆਹ ਸਾਰਾ ਪੰਜਾਬ ਮੈਨੂੰ ਵੀ ਰੋਜ਼, ਤੁਸੀਂ ਵੀ ਰੋਜ਼ ਵਿਚਰਦੇ ਹਾਂ, ਅਤੇ ਕੋਈ ਐਵੇਂ ਦਾ ਮਾਹੌਲ ਨਹੀਂ ਗਾ, ਪਰ ਇੱਕ ਨਰੇਟਿਵ ਜਿਹਾ ਸਾਜ ਕੇ ਇਹਦਾ ਜਿਹੜਾ ਪੋਲੀਟੀਕਲ ਕਾਰਨ ਕਰਕੇ ਉਹਦਾ ਫਾਇਦਾ ਲੈਣ ਦਾ ਜਿਹੜਾ ਯਤਨ ਕੀਤਾ ਜਾ ਰਿਹਾ। SGPC ਤਾਂ ਆਪਣੇ ਤੌਰ 'ਤੇ ਯਤਨ ਕਰਨ ਹੀ ਡਈ ਆ, ਕਿਉਂਕਿ ਜੋ ਵੀ ਆਦੇਸ਼ ਹੁੰਦਾ, ਜਿਵੇਂ ਹੁਣ 8 ਜਿਹੜੇ ਆ, 9 ਇੱਕ ਕੱਲ੍ਹ, ਹੁਣ ਦੂਸਰੇ ਇੱਕ ਹੋਰ ਚੱਲ ਗਏ ਆ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ, ਉਹਨਾਂ ਦੀ ਵੀ ਪੈਰਵਾਈ ਕਰ ਰਹੇ, ਜਿਹੜੇ ਇੱਥੇ ਬੇਕਸੂਰੇ ਉਹਨਾਂ ਦੀਆਂ ਬਹੁਤਿਆਂ ਦੀਆਂ ਜ਼ਮਾਨਤਾਂ ਵੀ ਕਰਵਾ ਰਹੇ ਹਾਂ, ਅਤੇ ਉਹਨਾਂ ਨੂੰ ਜਿਹੜੀ ਲੀਗਲ ਤੌਰ 'ਤੇ ਏਡ ਵੀ ਦੇ ਰਹੇ ਹਾਂ। ਇਹੋ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਮੇਸ਼ਾ ਉਦੇਸ਼ ਰਿਹਾ ਵੀ ਜਿਹੜੇ ਬੇਕਸੂਰੇ ਆ, ਜਿਹੜੇ ਕਸੂਰਵਾਰ ਨਹੀਂ, ਜਿਹੜੇ ਉਹਨਾਂ 'ਤੇ ਕੋਈ ਸਰਕਾਰ ਤਸ਼ੱਦਦ ਕਰਦੀ ਆ, ਚਾਹੇ 84 ਤੋਂ ਬਾਅਦ ਜੋਧਪੁਰਦਿਆਂ ਦੇ ਲੈ ਲਈਏ, ਅਤੇ ਮੈਂ ਤਾਂ ਪਿੱਛੇ ਨੂੰ ਵੀ ਚੱਲ ਜਾਵਾਂ, ਜਦੋਂ ਨਨਕਾਣਾ ਸਾਹਿਬ ਦਾ ਉੱਥੇ ਮੋਰਚਾ ਲੱਗਾ ਸੀ, ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਹੋਂਦ 'ਚ ਆਈ, ਤਦ ਵੀ ਸ਼੍ਰੋਮਣੀ ਕਮੇਟੀ ਨੇ ਬਹੁਤ ਸਾਰੇ ਮੈਂਬਰਾਂ ਦੀਆਂ ਜਿਹੜੀਆਂ ਜਾਇਦਾਦਾਂ ਕੁਰਕ ਹੋ ਗਈਆਂ, ਤਦ ਵੀ ਜੁਰਮਾਨੇ ਵਗੈਰਾ ਜਮ੍ਹਾਂ ਕਰਾਉਂਦੀ ਰਹੀ ਆ। ਸਿੱਖੀ ਦੇ ਹਮੇਸ਼ਾ ਜਿੱਥੇ ਵੀ ਕਦੇ ਹਮਲਾ ਹੋਇਆ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਖੜੀ ਦੇ ਰਹੂਗੀ। ਪਹਿਲੀ ਵਾਰ ਹੋਇਆ ਵੀ ਮੁੱਖ ਮੰਤਰੀ ਆਏ ਨਹੀਂ ਤਖ਼ਤ ਸਾਹਿਬ ਤੇ ਮੱਥਾ ਟੇਕਣ ਲਈ ਵਿਸਾਖੀ ਤੇ? ਇਹ ਹੁਣ ਇਹ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਲਓ, ਜਿਹੜੇ ਕਹਿੰਦੇ ਹੁੰਦੇ ਸੀ ਵੀ ਵਿਚਰਨਾ ਚਾਹੀਦਾ ਆਜ਼ਾਦ ਹੋ ਕੇ, ਵੀ ਹੁਣ ਕੀ ਜਿਹੜੀ ਆ ਕਮੀ ਆ ਗਈ ਆ, ਜਿਹੜੇ ਵਿਚਰਨੇ ਰਹੇ।